ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦਾ ਇੱਕ ਬਿਆਨ ਸੋਸ਼ਲ ਮੀਡੀਆ ਤੇ ਤੇ ਬੜਾ ਘਮਦਾ ਪਿਆ ਹੈ ਕਿ ਕਿਸੇ ਸੇਵ ਸ਼ੈਨਾ ਦੇ ਆਗੂ ਨੇ ਗੱਲ ਆਖੀ ਹੈ ਕਹਿੰਦੇ ਵੀ ਹਰਮੰਦਰ ਨੂੰ ਸਾਬ ਨਾ ਆਖੋ ਕੱਲਾ ਹਰਮੰਦਰ ਆਖੋ ਫਿਰ ਉਹਨੇ ਆਖਿਆ ਵੀ ਹਰਮੰਦਰ ਸਾਹਿਬ ਤੇ ਸਾਨੂੰ ਦੁਬਾਰਾ ਅਟੈਕ ਨਾ ਕਰਨਾ ਪੈ ਜੇ ਪਹਿਲੀ ਗੱਲ ਤਾਂ ਹਰਮੰਦਰ ਨੂੰ ਸਾਬ ਆਖਣਾ ਜਾਂ ਨਹੀਂ ਆਖਣਾ ਸਿੱਖਾਂ ਦੀ ਆਪ ਦੀ ਨਿੱਜੀ ਵਿਚਾਰ ਹੈ ਸਿੱਖਾਂ ਨੇ ਆਪ ਫੈਸਲਾ ਕਰਨਾ ਹੈ ਤੇ ਦੂਜੀ ਗੱਲ ਜਿਹੜੀ ਗੱਲ ਆਖੀ ਜਾਂਦੀ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਦੁਬਾਰਾ ਅਟੈਕ ਕਰਨ ਦੀ ਪਹਿਲਾਂ ਮੈਂ ਇੱਕ ਗੱਲ ਦੱਸ ਦੇਵਾਂ ਜੇ ਦਰਬਾਰ ਸਾਹਿਬ ਤੇ ਅਟੈਕ ਕਰਨਾ ਹੈ ਨਾ ਤੇ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੇ ਜਿੰਨੇ ਤੁਹਾਡੇ ਰਿਸ਼ਤੇਦਾਰ ਹੋਏ ਨੇ ਨਾ ਉਹਨਾਂ ਦੇ ਇਤਿਹਾਸ ਪੜ ਕੇ ਆਈਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਵਾਲਾ ਆਇਆ ਸੀ ਮਸਾ ਰੰਗੜ ਉਹਦਾ ਹਸ਼ਰ ਕੀ ਹੋਇਆ ਸੀਗਾ ਇਹ ਵੀ ਪੜ ਕੇ ਆਈਂ ਤੁਹਾਡਾ ਇੱਕ ਰਿਸ਼ਤੇਦਾਰ ਸੀ ਜਿਹੜਾ ਕਾਬਲ ਤੋਂ ਆਇਆ ਸੀ ਜਿਹਨੂੰ ਅਹਿਮਦ ਸ਼ਾਹ ਅਬਦਾਲੀ ਕਹਿੰਦੇ ਸੀ ਜਦੋਂ ਉਹ ਦਰਬਾਰ ਸਾਹਿਬ ਤੇ ਚੜ ਕੇ ਆਇਆ ਉਹਦਾ ਹਸ਼ਰ ਜਾਣ ਕਿਆਈ ਉਹਦਾ ਹਸ਼ਰ ਕੀ ਹੋਇਆ ਸੀ ਤੁਹਾਡੀ ਇੱਕ ਰਿਸ਼ਤੇਦਾਰ ਸੀ ਹਿੰਦਰਾ ਗਾਂਧੀ ਜੀ ਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਸੀ ਉਹਦਾ ਹਸ਼ਰ ਜਾਣ ਕੇ ਆਈ ਉਹਨੂੰ ਪੁੱਛ ਕੇ ਆਈ ਕਿ ਤਰ੍ਹਾਂ ਹਸ਼ਰ ਕੀਤਾ ਸੀ ਅਦੇ ਉਹਦਾ ਪੜ੍ਹ ਕੇ ਆਈ ਉਹਦਾ ਇਤਿਹਾਸ ਵੀ ਉਹਦੇ ਨਾਲ ਕੀ ਵਾਪਰੀ ਸੀ ਫੇਰ ਆ ਕੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਦੀਆਂ ਗੱਲਾਂ ਕਰਿਓ ਤੇ ਮੈਂ ਦੂਜੇ ਨੰਬਰ ਤੇ ਗੱਲ ਕਰਨਾ ਚਾਹੁੰਦਾ ਹਕੂਮਤ ਨਾਲ ਕਿ ਜਿਹੜੀ ਸਰਕਾਰ ਹੈ ਉਹ ਚੁੱਪ ਬੈਠੀ ਹੈ ਜੇ ਸਿੱਖ ਦੇ ਕੋਲੇ ਕੋਈ ਧਾਰਮਿਕ ਲਿਟਰੇਚਰ ਵੀ ਫੜਿਆ ਜਾਵੇ ਤਾਂ ਵੀ ਉਹਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਂਦਾ ਤੇ ਇਹੋ ਜਿਹੇ ਲੋਕ ਜਿਹੜੇ ਜੇਨੋਸਾਈਡ ਦੀਆਂ ਗੱਲਾਂ ਕਰਦੇ ਨੇ ਸਿੱਖਾਂ ਨੂੰ ਮਾਰ ਮਕਾਉਣ ਦੀਆਂ ਗੱਲਾਂ ਕਰਦੇ ਨੇ ਫਿਰ ਹਰਿਮੰਦਰ ਸਾਹਿਬ ਤੇ ਅਟੈਕ ਕਰਨੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਕੋਈ ਨੱਥ ਨਹੀਂ ਪਾਈ ਜਾ ਰਹੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਉਹਨਾਂ ਦੇ ਵਾਸਤੇ ਕੋਈ ਫਤਵਾ ਨਹੀਂ ਉਹਨਾਂ ਵਾਸਤੇ ਕੋਈ ਧਾਰਾ ਨਹੀਂ ਉਹਨਾਂ ਨੂੰ ਖੁੱਲੇ ਆਮ ਛੱਡਿਆ ਜਾਂਦਾ ਜਿਨ੍ਹਾਂ ਦੇ ਉੱਤੇ ਐਕਸ਼ਨ ਨਹੀਂ ਲੈਣਾ ਜਿਹੜੇ ਆਪਣੇ ਸਿਰਫ ਗੁਰੂ ਦਾ ਡਾਂਕਾ ਵਜਾਉਂਦੇ ਨੇ ਜਿਹੜੇ ਆਪਣਾ ਸਿਰਫ ਲਿਟਰੇਚਰ ਪੜ੍ਹਦੇ ਨੇ ਉਹਨਾਂ ਨੂੰ ਗ੍ਰਫਤਾਰ ਕਰਕੇ ਤੁਸੀਂ ਜੇਲ੍ਹਾਂ ਦੇ ਵਿੱਚ ਡੱਕ ਦਿੰਦੇ ਨੇ ਉਹ ਕਿੱਧਰਲਾ ਇਨਸਾਫ ਹੈ ਸੋ ਪਹਿਲਾਂ ਇਹ ਗੱਲ ਆਖਦਿਆਂ ਹਕੂਮਤ ਨੂੰ ਸਰਕਾਰ ਨੂੰ ਕਿ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਇਹਨਾਂ ਨੂੰ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਦੂਜੇ ਨੰਬਰ ਦੇ ਉੱਤੇ ਗੱਲ ਇਹਨਾਂ ਨੂੰ ਆਖਦਿਆਂ ਵੀ ਜੇਕਰ ਤੁਸੀਂ ਹਰਮੰਦਰ ਸਾਹਿਬ ਤੇ ਅਟੈਕ ਕਰਨ ਦੀਆਂ ਗੱਲਾਂ ਕਰਦੇ ਹੋ ਤਾਂ ਬਚਿਆ ਅਜੇ ਤੱਕ ਕੋਈ ਨਹੀਂ ਜੇ ਫੇਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੈ ਤੇ ਕਿਤੇ ਕੱਢ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ